ਤੁਹਾਡੇ ਨਾਲ ਵੀ ਬੀਬੀ ਜੀ ਗੱਲ ਕਰਾਂਗੇ ਝੰਡਾ ਲੈ ਕੇ ਤੁਸੀਂ ਵੀ ਇੱਥੇ ਸ਼ਾਮਿਲ ਹੁੰਨੇ ਹੋ ਤੇ ਰੋਜ਼ ਪ੍ਰਦਰਸ਼ਨ ਇੱਥੇ ਕਰਦੇ ਹੋ ਕਿਵੇਂ ਦੇਖਦੇ ਹੋ ਸਰਕਾਰਾਂ ਤੱਕ ਆਵਾਜ਼ ਪਹੁੰਚ ਰਹੀ ਹੈ ਕਿਉਂਕਿ ਸਰਕਾਰ ਤਾਂ ਸੁਣਨ ਨੂੰ ਮੰਨਦੀ ਨਹੀਂ ਪਹੁੰਚ ਰਹੀ ਹੈ ਆਵਾਜ਼ ਪਹੁੰਚ ਰਹੀ ਹੈ ਉਹ ਸੁਣ ਵੀ ਰਹੀ ਹੈ ਪਰ ਹੁਣ ਉਹਨਾਂ ਦੀ ਈਗੋ ਆ ਜਿਹੜੀ ਉਹ ਇਹਨਾਂ ਨੂੰ ਇਹ ਕਹਿਣਾ ਨਹੀਂ ਚਾਹੁੰਦੀ ਵੀ ਸਾਨੂੰ ਆਵਾਜ਼ ਸੁਣਦੀ ਹੈ ਆਵਾਜ਼ ਸੁਣਦੀ ਹੈ ਉਹਨਾਂ ਨੂੰ वेस्ट बंगाल वाले पासे भी तुसी देखिया होना की हाल होया तो हुण लगदा यूपी वाले पासे भी ओही होगा यूपी भी ओही होएगा जेडे बाई दी आउणी ने फिर देख लो फिर की हाल होएगा इहनां दा ਤੁਸੀਂ ਪੁੱਛਦੇ ਹੁੰਨੇ ਹੋ ਵੀ ਅੰਦੋਲਨ ਦੇ ਵਿੱਚ ਆਪਣੇ ਕਰੀਬੀਆਂ ਨੂੰ ਫੋਨ ਕਰਕੇ ਵੀ ਇਸ ਵੇਲੇ ਸਰਹੱਦਾਂ ਤੇ ਅੰਦੋਲਨ ਕਿਦਾਂ ਚੱਲ ਰਿਹਾ ਲੋਕ ਕਿਵੇਂ ਰਹਿ ਰਹੇ ਨੇ ਨਹੀਂ ਮੇਰਾ ਤਾਂ ਖੁਦ ਬੇਟਾ ਬੈਠਾ ਉੱਥੇ ਅੱਛਾ ਜੀ ਹਾਂਜੀ ਕਿਹੜੀ ਕਿਹੜੇ ਬਾਰਡਰ ਤੇ ਬੈਠੇ ਉਹ ਇੱਥੇ ਬੈਠਾ ਹੈ ਕਿਹੜੇ ਖਾਲ ਸਾਈਡ ਵਾਲਿਆਂ ਦੇ ਰਾਜੇ ਵਾਲਾ ਉਹ ਰਹਿੰਦੇ ਸਟੇਜ ਦੇ ਬਾਰਡਰ ਤੇ ਹਾਂਜੀ ਹਾਂਜੀ ਸਿੰਘੂ ਬਾਰਡਰ ਕੀ ਫੋਨ ਜਦੋਂ ਕਿਤੇ ਤੁਸੀਂ ਤਾਂ ਹੁਣ ਕੀ ਕਹਿੰਦੇ ਨੇ ਵੀ ਕਿਸ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ ਕਿਸ ਤਰੀਕੇ ਦੇ ਨਾਲ ਲੋਕ ਉੱਥੇ ਨੇ ਕਿਦਾਂ ਦੇ ਕੱਟ ਉੱਤੇ ਅੰਦੋਲਨ ਠੀਕ ਚੱਲ ਰਿਹਾ ਕੱਟ ਉੱਤੇ ਸਹੀ ਹੋ ਰਿਹਾ ਹੁਣ ਜਿਵੇਂ ਕਣਕਾਂ ਦਾ ਟਾਈਮ ਸੀ ਉਦੋਂ ਕਿਸਾਨ ਚਲੇ ਗਏ ਸੀ ਕਿਉਂ ਕਣਕ ਵੀ ਕੱਢਣੀ ਸੀ ਆਪਦਾ ਹੋਰ ਘਰ-ਬਾਰ ਵੀ ਦੇਖਣਾ ਟਰੈਕਟਰ ਟਰਾਲੀਆਂ ਦੀ ਵੀ ਲੋੜ ਸੀਗੀ ਉਹ ਇਸ ਕਰਕੇ ਚਲੇ ਗਏ ਇਹ ਨਹੀਂ ਹੈਗਾ ਵੀ ਉਥੋਂ ਕੋਈ ਵੀ ਬੰਦਾ ਜਨਾਨੀ ਕਿਸਾਨਾਂ ਦੇ ਇਹ ਨਹੀਂ ਹੋ ਸਕਦਾ ਵੀ ਉੱਥੇ ਕੱਟ ਘਟਿਆ ਹੈ ਜਾਂ ਕੋਈ ਉਹਨਾਂ ਦਾ ਸਾਨੂੰ ਕੋਈ ਲੋੜ ਨਹੀਂ ਹੈਗੀ ਜੋ ਹੁੰਦਾ ਹੋਈ ਜਾਵੇ ਉਹ ਚੀਜ਼ ਨਹੀਂ ਹੈਗੀ ਬਿਲਕੁਲ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਬੇਟਾ ਜਿਹੜਾ ਹੈ ਉਹ ਸਿੰਘੂ ਬਾਰਡਰ ਦੇ ਉੱਤੇ ਇਸ ਵੇਲੇ ਬੈਠ ਕੇ ਧਰਨਾ ਦੇ ਰਿਹਾ ਮੁਜ਼ਾਹਰੇ ਕਰ ਰਿਹਾ ਤੇ ਮੰਮੀ ਜਿਹੜੇ ਨੇ ਉਹਨਾਂ ਦੇ ਮਾਤਾ ਜੀ ਜਿਹੜੇ ਨੇ ਉਹ ਇੱਥੇ ਚੰਡੀਗੜ੍ਹ ਦੇ ਵਿੱਚ ਮਟਕਾ ਚੌਂਕ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਇੱਥੇ ਬਾਪੂ ਜੀ ਵੀ ਬੈਠੇ ਨੇ ਉਧਰ ਬੀਬੀਆਂ ਜਿਹੜੀਆਂ ਨੇ ਉਹ ਬੈਠੀਆਂ ਨੇ ਇੱਧਰ ਦੂਸਰੇ ਪਾਸੇ ਜੇ ਇੱਧਰ ਤੁਹਾਨੂੰ ਦਿਖਾਈਏ ਤਾਂ ਇੱਥੇ ਵੀ ਲੋਕ ਜਿਹੜੇ ਨੇ ਉਹ ਖੜੇ ਹੋਏ ਨੇ ਤਾਂ ਪੂਰਾ ਚੌਂਕ ਜਿਹੜਾ ਹੈ ਇਸ ਵੇਲੇ ਸ਼ਾਮ ਨੂੰ ਘਿਰ ਜਾਂਦਾ ਕਿਉਂਕਿ ਜਦੋਂ ਅਸੀਂ ਆਏ ਸੀਗੇ ਤਾਂ ਉਦੋਂ ਵੀ ਤੁਹਾਨੂੰ ਜਿਹੜੇ ਲੋਕ ਦਿਖ ਰਹੇ ਸੀ ਉਹ 10 ਲੋਕ ਸਾਨੂੰ ਨਜ਼ਰ ਆ ਰਹੇ ਸੀ ਕਿਉਂਕਿ ਹਲੇ 4 ਵਜੇ ਸੀਗੇ 4 ਤੋਂ 6 ਵਜੇ ਦਾ ਟਾਈਮ ਹੈ ਤੇ ਉਦੋਂ ਤੱਕ ਆਉਂਦੇ ਆਉਂਦੇ ਜਿਹੜੇ ਲੋਕ ਨੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਤਾਂ ਇਸ ਵੇਲੇ ਵੀ ਉਹੀ ਇਕੱਠ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਜਿਹੜਾ ਪਹਿਲਾਂ ਹੁੰਦਾ ਸੀ ਤਾਂ ਅੱਗੇ ਤੱਕ ਜਾਵਾਂਗੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਬਹੁਤ ਸਾਰੇ ਕਾਫੀ ਤਰੀਕੇ ਦੇ ਬਿਆਨ ਜਿਹੜੇ ਨੇ ਇਧਰੋਂ ਵੀ ਕੀਤੇ ਜਾਂਦੇ ਨੇ ਸਰਕਾਰਾਂ ਤਾਂ ਆਪਣੇ ਵੱਲੋਂ ਦੀ ਹਦਾਇਤਾਂ ਨਿਤ ਨਵੀਆਂ ਜਾਰੀ ਕਰਦੀਆਂ ਹੀ ਨੇ ਗੱਲਬਾਤ ਕਰਾਂਗੇ ਜੀ ਬਿਲਕੁਲ ਜੀ ਬਹੁਤ ਵਧੀਆ ਹਾਲ ਚਾਲ ਨੇ ਤੁਸੀਂ ਦੱਸੋ ਇੱਥੇ ਅੰਦੋਲਨ ਦੇ ਕਰ ਰਹੇ ਹੋ ਤੁਸੀਂ ਆਪਣਾ ਪ੍ਰਦਰਸ਼ਨ ਇੱਥੇ ਕਰ ਰਹੇ ਹੋ ਤੇ ਕਿਵੇਂ ਦੇਖਦੇ ਹੋ ਕਿਉਂਕਿ ਸਰਕਾਰ ਨਹੀਂ ਸੁਣ ਰਹੀ ਹਲੇ ਵੀ ਕੋਈ ਬਿਆਨ ਨਹੀਂ ਆਉਂਦਾ ਸਰਕਾਰ ਦਾ ਦਿਮਾਗ ਖਰਾਬ ਹੋਇਆ ਹੈ ਮੋਦੀ ਨੂੰ ਮਮਤਾ ਤੋਂ ਥੱਪੜ ਲੱਗ ਵੀ ਗਿਆ ਹੈ ਫਿਰ ਵੀ ਸ਼ਰਮ ਨਹੀਂ ਆਈ ਹੈ ਹੁਣ ਤਾਂ ਮੋਦੀ ਸ਼ਰਮ ਕਰੇ ਘੱਟ ਤੋਂ ਘੱਟ ਕਿਵੇਂ ਦੇਖਦੇ ਹੋ ਕਦੋਂ ਤੱਕ ਸਰਕਾਰ ਸੁਣੂਗੀ ਲੱਗਦਾ ਹੈ ਵੀ ਹਾਰ ਜਿਹੜੀ ਚੱਲਣੀ ਪਈ ਹੈ ਇਸ ਕਰਕੇ ਹਲੇ ਸ਼ਾਂਤ ਨੇ ਮੈਮ ਜਦ ਇਹ ਸਾਰੇ ਜਗ੍ਹਾ ਹਾਰ ਜਾਣਗੇ ਨਾ ਇਹ ਉਸ ਦਿਨ ਹੀ ਸੁਣਨਗੇ ਜਦ ਤੋ ਇਹ ਜੀਰੋ ਨਹੀਂ ਹੋਣਗੇ ਜਦ ਤੱਕ ਇਹਨਾਂ ਦੇ ਕਮੰਡੀ ਰਹੇਗਾ ਮੋਦੀ ਹੈ ਹੀ ਕਮੰਡੀ ਹੈਗਾ ਹਾਂਜੀ ਇੱਧਰ ਲੱਗਦਾ ਯੂਪੀ ਵਾਲੇ ਪਾਸੇ ਵੀ ਆਹੀ ਹਾਲ ਹੋਊਗਾ ਯੂਪੀ ਪਾਸੇ ਜੀਰੋ ਹੋਏਗਾ ਜੀ ਇਹਦਾ ਯੂਪੀ ਵੀ ਜੀਰੋ ਹੋ ਜਾਏਗਾ ਹੋਰ ਜਿਨ੍ਹਾਂ 'ਚ ਹੋਣਾ ਪੰਜਾਬ 'ਚ ਹੋਣਾ ਉਹ ਵੀ ਜੀਰੋ ਹੋਏਗਾ ਫਿਰ ਇਹਨੂੰ ਪਤਾ ਲੱਗੇਗਾ ਵੀ ਕੀ ਹੈ ਕੀ ਨਹੀਂ ਹੈ ਇੱਥੇ ਆਨੇ ਹੋ ਜਦੋਂ ਤਾਂ ਨੌਕਰੀ ਪੇਸ਼ਾ ਜਿਹੜੇ ਲੋਕ ਨੇ ਉਹ ਵੀ ਇੱਥੇ ਆਉਂਦੇ ਨੇ ਜਿਹੜੇ ਆਮ ਚੰਡੀਗੜ੍ਹ ਦੇ ਰਹਿਣ ਵਾਲੇ ਵਸਨੀਕ ਨੇ ਉਹ ਵੀ ਇੱਥੇ ਧਰਨੇ 'ਚ ਆਉਂਦੇ ਨੇ ਹੁਣ ਨੌਕਰੀਆਂ ਨਾਲ ਕਿਵੇਂ ਕਰ ਰਹੇ ਹੋ ਕਿਉਂਕਿ ਟਾਈਮ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ ਸਖਤੀਆਂ ਹੋਰ ਵਧਾ ਦਿੱਤੀਆਂ ਗਈਆਂ ਨੇ ਤੇ 4 ਤੋਂ ਹੁਣ 6 ਦਾ ਤੁਹਾਡਾ ਧਰਨਾ ਜਿਹੜਾ ਉਹ ਚੱਲ ਰਿਹਾ ਇੱਥੇ ਤੇ ਉਹ ਟਾਈਮ ਕਿਵੇਂ ਮੈਨੇਜ ਹੁੰਦਾ ਨਾਲ ਨੌਕਰੀ ਦੇ ਨਾਲ ਇੱਧਰ ਕਰਨਾ ਪੈਂਦਾ ਜੀ ਨੌਕਰੀ ਵੀ ਦੇਖਣੀ ਪੈਂਦੀ ਹੈ ਧਰਨਾ ਵੀ ਦੇਖਣਾ ਪੈਂਦਾ ਹੈ ਐਡਜਸਟਮੈਂਟ ਕਰਨੀ ਪੈਂਦੀ ਹੈ ਜੀ ਇਹ ਤਾਂ ਨੌਕਰੀ ਤੋਂ ਛੇਤੀ ਆਨੇ ਹੋਗੇ ਇੱਥੇ ਥੋੜਾ ਲੇਟ ਹੋ ਗਏ ਮੇਰਾ ਆਪਣਾ ਬਿਜ਼ਨਸ ਹੈਗਾ ਜੀ ਤੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਸਾਰਾ ਦਿਨ ਵੀ ਬੈਠਾ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਆਪਣਾ ਸਟਾਫ ਵੇਲਾ ਕਰ ਦਿੰਦੇ ਹੋ ਆਪਣਾ ਸਟਾਫ ਵੇਲਾ ਕਰ ਦਿੰਦੇ ਆ